ਕਿ ਦਾਖਲ ਪਟੀਸ਼ਨਾਂ ਰੱਦ ਹੋਣ ਤੇ ਬੋਲੇ ਪੀਐਮ ਮੋਦੀ। ਸੁਪਰੀਮ ਕੋਰਟ ਦਾ ਫੈਸਲਾ ਵਿਰੋਧੀਆਂ ਨੂੰ ਕਾਰੀ ਚਪੇੜ, ਬੋਲੇ ਬੈਲਟ ਪੇਪਰ ਲੁੱਟਣ ਵਾਲਿਆਂ ਦੇ ਸੁਪਨੇ ਹੋਏ ਚਕਨਾਚੂਰ। ਲੋਕ ਸਭਾ ਚੋਣਾਂ ਦੇ ਲਈ 13 ਸੂਬਿਆਂ ਦੀਆਂ 88 ਸੀਟਾਂ 'ਤੇ ਵੋਟਿੰਗ ਜਾਰੀ। 1 ਵਜੇ ਤੱਕ ਤ੍ਰਿਪੁਰਾ ਅਤੇ ਮਣੀਪੁਰ ਦੇ ਸਭ ਤੋਂ ਵੱਧ 54% ਵੋਟਿੰਗ। ਮਹਾਰਾਸ਼ਟਰ ਦੇ ਵਿੱਚ ਪੋਲਿੰਗ ਦੀ ਰਫ਼ਤਾਰ ਸਭ ਤੋਂ ਸੁਸਤ। ਚੋਣਾਂ ਦੇ ਵਿਚਾਲੇ ਦਿੱਲੀ ਨਗਰ ਨਿਗਮ ਦੇ ਵਿੱਚ ਜ਼ਬਰਦਸਤ ਹੰਗਾਮਾ। ਸਦਨ ਦੀ ਮੀਟਿੰਗ ਮੁਲਤਵੀ ਹੋਣ ਦੇ ਕਾਰਨ ਆਪ ਅਤੇ ਬੀਜੇਪੀ ਕੌਂਸਲਰ ਆਪਸ ਦੇ ਵਿੱਚ ਬਹਿਸੇ। ਅੱਜ MCD ਦੇ ਨਵੇਂ ਮੇਅਰ ਅਤੇ ਡਿਪਟੀ ਮੇਅਰ ਦੀ ਹੋਣੀ ਸੀ ਚੋਣ। 30 ਨਿਆਮਤ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੀ ਮਾਨ। ਪੂਰੇ ਪਰਿਵਾਰ ਸਮੇਤ ਹੋਏ ਨਤਮਸਤਕ। ਦੁਰਗਿਆਨਾ ਮੰਦਿਰ ਅਤੇ ਰਾਮ ਤੀਰਥ ਦੇ ਵਿੱਚ ਵੀ ਟੇਕਿਆ ਮੱਥਾ। ਮਾਂ ਪਿਓ ਦੇ ਨਾਲ ਕੁੱਟਮਾਰ ਕਰਨ ਵਾਲਾ ਨਿਹੰਗ ਸਿੰਘ ਲਵਪ੍ਰੀਤ ਗ੍ਰਿਫ਼ਤਾਰ। ਪੁਲਿਸ ਨੇ ਮੋਹਾਲੀ ਤੋਂ ਕੀਤਾ ਕਾਬੂ। 4 ਦਿਨਾਂ ਤੋਂ ਪੁਲਿਸ ਦੀਆਂ 8 ਟੀਮਾਂ ਕਰ ਰਹੀਆਂ ਸੀ ਭਾਲ। ਸਲਮਾਨ ਖਾਨ ਫਾਇਰਿੰਗ ਕੇਸ ਦੇ ਵਿੱਚ ਪੰਜਾਬ ਤੋਂ ਗ੍ਰਿਫ਼ਤਾਰ। 2 ਮੁਲਜ਼ਮਾਂ ਦਾ ਮਿਲਿਆ ਰਿਮਾਂਡ। ਮੁੰਬਈ ਕੋਰਟ ਨੇ 5 ਦਿਨਾਂ ਦੀ ਰਿਮਾਂਡ 'ਤੇ ਭੇਜਿਆ। ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਨੇ ਇਲਜ਼ਾਮ। ਤੇਲੰਗਾਨਾ ਦੇ ਵਿੱਚ 7 ਵਿਦਿਆਰਥੀਆਂ ਨੇ ਕੀਤਾ ਸੁਸਾਈਡ। 12ਵੀਂ ਦੇ ਵਿੱਚ ਫੇਲ ਹੋਣ ਦੇ ਚੱਲਦਿਆਂ ਚੁੱਕਿਆ ਕਦਮ। ਮਰਨ ਵਾਲਿਆਂ ਦੇ ਵਿੱਚ 6 ਲੜਕੀਆਂ ਅਤੇ 1 ਲੜਕਾ ਸ਼ਾਮਿਲ। ਦਿੱਲੀ ਪੁਲਿਸ ਨੇ ਸਪਾਈਡਰਮੈਨ ਕਪਲ ਦਾ ਕੱਟਿਆ ਮੋਟਾ ਚਲਾਨ। ਸਪਾਈਡਰਮੈਨ ਅਤੇ ਸਪਾਈਡਰ ਗਰਲ ਦੀ ਡਰੈਸ ਪਾ ਕੇ ਕਰ ਰਹੇ ਸੀ ਸਟੰਟਬਾਜ਼ੀ। ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ 'ਤੇ ਲਿਆ ਐਕਸ਼ਨ। ਦਾਤੀ ਤੋਂ ਲੈ ਕੇ ਕੰਬਾਈਨ ਦੀ ਧਾਰ, ਕਿਵੇਂ ਮਿਟੇਗੀ ਆਰਥਿਕ ਦੂਰੀ, ਕਿਵੇਂ ਨਿਪਟੇਗੀ ਸਰਕਾਰ? ਚੋਣਾਂ ਦੇ ਸ਼ੋਰ ਵਿਚਾਲੇ ਸੁਣੋ ਕਿਸਾਨਾਂ ਦੇ ਵਿਚਾਰ। ਪੈਸਟੀਸਾਈਡ ਬਹੁਤ ਮਹਿੰਗੇ ਆ ਜੀ, ਡੀਜ਼ਲ ਮਹਿੰਗਾ ਹੋਣ ਕਰਕੇ ਨਾ ਤਾਂ ਮਸ਼ੀਨ ਨੂੰ ਕੁਛ ਬਚ ਰਿਹਾ। ਜ਼ਿਮੀਂਦਾਰਾਂ ਨੂੰ ਸਾਰੀਆਂ ਸਰਕਾਰਾਂ ਨੇ ਫੇਲ ਕੀਤਾ ਹੋਇਆ। ਸਾਨੂੰ ਉਹ ਨਹਿਰ ਦਾ ਪਾਣੀ ਦਿੱਤਾ ਜਾਏ, ਕੰਮ ਹੈ ਨਹੀਂ, ਅਜੀ ਦਿਹਾੜੀਆਂ ਘਟਦੀਆਂ ਜਾਣੀਆਂ। ਕਿਸਾਨਾਂ ਦੀ ਕਰਮ ਭੂਮੀ ਤੋਂ ਸਿੱਧਾ ਸੰਵਾਦ, ਵਾਢੀ ਟੂ ਵੋਟ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਇਹ ਖਬਰ VVPAT ਮਾਮਲੇ ਦੇ ਨਾਲ ਜੁੜੀ ਹੋਈ ਹੈ। VVPAT ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਗਈਆਂ ਨੇ। VVPAT ਅਤੇ EVM ਦਾ 100% ਮਿਲਾਨ ਨਹੀਂ ਹੋਵੇਗਾ। ਬੈਲਟ ਪੇਪਰ ਤੋਂ ਵੋਟਿੰਗ ਦੀ ਮੰਗ ਵਾਲੀ ਅਰਜ਼ੀ ਵੀ ਖਾਰਜ ਕਰ ਦਿੱਤੀ ਗਈ ਹੈ। EVM ਨੂੰ 45 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾਵੇ। ਹਾਲਾਂਕਿ ਨਾਲ ਹੀ ਸੁਪਰੀਮ ਕੋਰਟ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਡਾਇਰੈਕਸ਼ਨ ਦਿੱਤੀ ਗਈ ਹੈ ਕਿ EVM ਨੂੰ 45 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾਵੇ। ਸ਼ਿਕਾਇਤ 'ਤੇ EVM ਦੀ ਜਾਂਚ ਸੰਭਵ ਹੈ। ਜੇਕਰ ਕਿਸੇ ਉਮੀਦਵਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਹੈ, ਖਦਸ਼ਾ ਹੈ, ਸ਼ਿਕਾਇਤ ਕੀਤੀ ਜਾਂਦੀ ਹੈ, ਤਾਂ ਉਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹ ਸੰਭਵ ਹੈ। 7 ਦਿਨਾਂ ਦੇ ਅੰਦਰ ਸ਼ਿਕਾਇਤ ਕਰਨੀ ਹੋਵੇਗੀ। ਹਾਲਾਂਕਿ ਉਮੀਦਵਾਰ ਦੇ ਵੱਲੋਂ ਜਿਹੜੀ ਕਿ ਵੋਟਿੰਗ ਤੋਂ ਬਾਅਦ 7 ਦਿਨਾਂ ਦੇ ਅੰਦਰ ਸ਼ਿਕਾਇਤ ਕਰਨੀ ਹੋਵੇਗੀ ਅਤੇ ਜਾਂਚ ਦਾ ਖਰਚਾ ਵੀ ਉਮੀਦਵਾਰ ਨੂੰ ਹੀ ਚੁੱਕਣਾ ਹੋਵੇਗਾ। ਸਿੰਬਲ ਲੋਡਿੰਗ ਯੂਨਿਟ ਸੀਲ ਕੀਤੀ ਜਾਵੇ। ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਦਰਅਸਲ ਪਰਸੋਂ 24 ਤਰੀਕ ਨੂੰ ਵੀ ਜਿਹੜੀ VVPAT ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਰੀਬ 40 ਮਿੰਟ ਤੱਕ ਬਹਿਸ ਹੁੰਦੀ ਹੈ, ਸੁਣਵਾਈ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਕਿ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀਗਾ ਅਤੇ ਅੱਜ ਆਖਿਰਕਾਰ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ। ਤੁਹਾਨੂੰ ਵੀ ਦੱਸ ਦਈਏ ਕਿ ਦਰਅਸਲ ਸਾਲ 2023 ਦੇ ਵਿੱਚ ਇੱਕ ਐਕਟੀਵਿਸਟ ਦੇ ਵੱਲੋਂ ਜਿਹੜੀ ਕਿ ਪਟੀਸ਼ਨ ਕੋਰਟ ਦੇ ਵਿੱਚ ਦਾਖਲ ਕੀਤੀ ਜਾਂਦੀ ਹੈ, ਜਿਹੜਾ ਕਿ VVPAT ਅਤੇ EVM ਦਾ 100% ਮਿਲਾਨ ਦੀ ਜਿਹੜੀ ਕਿ ਮੰਗ ਕੀਤੀ ਜਾਂਦੀ। ਸਿੱਧੇ ਤੌਰ 'ਤੇ ਉਸ ਦੇ ਵਿੱਚ ਇਹੀ ਤਰਕ ਦਿੱਤਾ ਜਾਂਦਾ ਪਟੀਸ਼ਨ ਦੇ ਵਿੱਚ
ਕਿਸ ਦੇ ਨਾਲ ਜਿਹੜਾ ਕਿ ਚੋਣਾਂ ਦੇ ਵਿੱਚ ਵੋਟਿੰਗ ਦੇ ਵਿੱਚ ਗੜਬੜੀ ਦਾ ਸ਼ੰਕਾ ਖਦਸ਼ਾ ਉਹ ਦੂਰ ਹੋ ਜਾਵੇਗਾ ਜੋ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਜਾਂਦਾ। ਪਰ ਉਸ ਤੋਂ ਬਾਅਦ 'ਚ ਸੁਪਰੀਮ ਕੋਰਟ ਦੇ ਵੱਲੋਂ ਪਹਿਲਾਂ 24 ਤਰੀਕ ਨੂੰ ਸੁਣਵਾਈ ਹੁੰਦੀ ਹੈ, ਉਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਗਿਆ ਅਤੇ ਅੱਜ ਆਖਿਰਕਾਰ ਵੱਡਾ ਫੈਸਲਾ ਸੁਣਾਉਂਦੇ ਹੋਏ VVPAT ਮਾਮਲੇ ਦੇ ਵਿੱਚ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਗਈਆਂ ਨੇ। ਯਾਨੀ ਕਿ ਇਸ ਤੋਂ ਸਾਫ਼ ਹੈ ਕਿ VVPAT ਅਤੇ EVM ਦਾ 100% ਮਿਲਾਨ ਨਹੀਂ ਹੋਵੇਗਾ। ਤਾਂ VVPAT ਨੂੰ ਲੈ ਕੇ ਦਾਖਲ ਪਟੀਸ਼ਨਾਂ ਰੱਦ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ। ਸੁਪਰੀਮ ਕੋਰਟ ਦਾ ਫੈਸਲਾ ਵਿਰੋਧੀਆਂ ਨੂੰ ਚਪੇੜਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਿਰੋਧੀਆਂ 'ਤੇ ਵੱਡਾ ਹਮਲਾ ਬੋਲਿਆ ਗਿਆ। ਉਹਨਾਂ ਕਿਹਾ ਕਿ ਵਿਰੋਧੀ ਹੁਣ ਸਿਰ ਚੁੱਕ ਕੇ ਦੇਖ ਨਹੀਂ ਸਕਣਗੇ। ਲੋਕਤੰਤਰ ਦੇ ਲਈ ਜਿੱਤ ਦਾ ਦਿਨ ਹੈ। ਵਿਰੋਧੀਆਂ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਵਿਰੋਧੀ ਗੱਠਜੋੜ ਨੂੰ ਸੰਵਿਧਾਨ 'ਤੇ ਭਰੋਸਾ ਨਹੀਂ ਹੈ। ਬੈਲਟ ਪੇਪਰ ਲੁੱਟਣ ਵਾਲਿਆਂ ਦੇ ਸੁਪਨੇ ਚਕਨਾ ਚੂਰ ਹੋਏ ਨੇ। ਪ੍ਰਧਾਨ ਮੰਤਰੀ ਦੇ ਵੱਲੋਂ ਵਿਰੋਧੀਆਂ 'ਤੇ ਵੱਡਾ ਹਮਲਾ ਬੋਲਿਆ ਗਿਆ। RJD ਕਾਂਗਰਸ ਰਾਜ ਦੇ ਵਿੱਚ ਬੂਥ ਲੁੱਟੇ ਜਾਂਦੇ ਸੀਗੇ। ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੀ ਪੁਰਾਣੀਆਂ ਜਿਹੜੀਆਂ ਕਿ ਸਰਕਾਰਾਂ ਰਹਿ ਚੁੱਕੀਆਂ ਨੇ, ਜਿਹੜੀਆਂ ਧਿਰਾਂ ਦੀਆਂ, ਉਹਨਾਂ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਗਿਆ। EVM ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਸੀ। ਪ੍ਰਧਾਨ ਮੰਤਰੀ ਨੇ ਵਿਰੋਧੀਆਂ 'ਤੇ ਵੱਡਾ ਹਮਲਾ ਬੋਲਿਆ ਕਿ EVM ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਸੀ। ਇੰਡੀ ਗਠਬੰਧਨ ਕੇ ਹਰ ਨੇਤਾ ਨੇ EVM ਕੋ ਲੇਕਰ ਜਨਤਾ ਕੇ ਮਨ ਮੇ ਸੰਦੇਹ ਪੈਦਾ ਕਰਨੇ ਕਾ ਪਾਪ ਕੀਆ ਹੈ। ਲੇਕਿਨ ਆਜ ਦੇਸ਼ ਕੇ ਲੋਕਤੰਤਰ ਕੀ ਤਾਕਤ ਦੇਖੀਏ, ਬਾਬਾ ਸਾਹਿਬ ਅੰਬੇਡਕਰ ਕੇ ਸੰਵਿਧਾਨ ਕੀ ਤਾਕਤ ਦੇਖੀਏ, ਆਜ ਸੁਪਰੀਮ ਕੋਰਟ ਨੇ ਅਭੀ ਇੱਕ ਦੋ ਘੰਟੇ ਪਹਿਲੇ ਹੀ ਮਤ ਪੇਟੀਓਂ ਕੋ ਲੂਟਨੇ ਕਾ ਇਰਾਦਾ ਰੱਖਨੇ ਵਾਲੋ ਕੋ ਐਸਾ ਗਹਿਰਾ ਝਟਕਾ ਦਿਆ ਹੈ, ਐਸਾ ਗਹਿਰਾ ਝਟਕਾ ਦਿਆ ਹੈ ਕਿ ਉਨਕੇ ਸਾਰੇ ਸਪਨੇ ਚੂਰ ਚੂਰ ਹੋ ਗਏ ਹੈ। ਆਜ ਉੱਚ ਨਿਆਇਲੇ ਨੇ, ਸੁਪਰੀਮ ਕੋਰਟ ਨੇ ਸਾਫ ਸਾਫ ਕਹਿ ਦਿਆ ਹੈ ਕਿ ਬੈਲਟ ਪੇਪਰ ਵਾਲਾ ਪੁਰਾਣਾ ਦੌਰ ਵਾਪਸ ਲੌਟ ਕਰਕੇ ਨਹੀਂ ਆਏਗਾ। ਆਜ ਜਬ ਪੂਰੀ ਦੁਨੀਆ ਭਾਰਤ ਕੇ ਲੋਕਤੰਤਰ ਕੀ, ਭਾਰਤ ਕੀ ਚੁਣਾਵ ਪ੍ਰਕਿਰਿਆ ਕੀ, ਭਾਰਤ ਕੇ ਚੁਣਾਵੋਂ ਮੇ ਟੈਕਨੋਲੋਜੀ ਕੇ ਉਪਯੋਗ ਕੀ ਵਾਹਵਾਹੀ ਕਰਤੀ ਹੈ, ਤਾਰੀਫ ਕਰਤੀ ਹੈ, ਤਬ ਯੇ ਲੋਕ ਆਪਣੇ ਨਿੱਜੀ ਸਵਾਰਥ ਕੇ ਲੀਏ ਬਦਨੀਅਤ ਸੇ EVM ਕੋ ਬਦਨਾਮ ਕਰਨੇ ਪਰ ਲਗੇ ਪੜੇ ਥੇ। ਇਨ੍ਹੋਂਨੇ ਲੋਕਤੰਤਰ ਕੇ ਸਾਥ ਲਗਾਤਾਰ ਵਿਸ਼ਵਾਸਘਾਤ ਕਰਨੇ ਕੀ ਕੋਸ਼ਿਸ਼ ਕੀ ਹੈ। ਲੇਕਿਨ ਆਜ ਇਨ੍ਹੀ ਲੋਗੋਂ ਕੋ ਦੇਸ਼ ਕੀ ਸਰਵੋੱਚ ਅਦਾਲਤ ਨੇ, ਸੁਪਰੀਮ ਕੋਰਟ ਨੇ ਐਸਾ ਕਰਾਰਾ ਤਮਾਚਾ ਮਾਰਾ ਹੈ
ऐसा करारा तमाचा मारा है, ये अब मुंह ऊंची करके देख नहीं पाएंगे जी। भाइयों बहनों, आज का दिन लोकतंत्र के लिए शुभ दिन है, आज का दिन लोकतंत्र के लिए विजय का दिन है। मेरे साथ मैं नारा बुलवाता हूं, बोलिए, मैं कहूंगा लोकतंत्र, आप कहे जिंदाबाद जिंदाबाद, लोकतंत्र लोकतंत्र लोकतंत्र। ਤਦ ਲੋਕ ਸਭਾ ਚੋਣਾਂ ਦੇ ਲਈ ਦੂਜੇ ਗੇੜ ਦੀ ਵੋਟਿੰਗ ਲਗਾਤਾਰ ਜਾਰੀ ਹੈ। 13 ਸੂਬਿਆਂ ਦੀਆਂ 88 ਸੀਟਾਂ 'ਤੇ ਅੱਜ ਵੋਟਾਂ ਪੈ ਰਹੀਆਂ ਨੇ। 1 ਵਜੇ ਤੱਕ ਤ੍ਰਿਪੁਰਾ ਅਤੇ ਮਣੀਪੁਰ ਦੇ ਵਿੱਚ 54% ਤੋਂ ਵੱਧ ਵੋਟਿੰਗ ਹੋਈ ਹੈ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਘੱਟ 31.77% ਪੋਲਿੰਗ ਹੋਈ ਹੈ। ਯੂਪੀ ਦੇ ਵਿੱਚ 35.73%, ਛੱਤੀਸਗੜ੍ਹ ਦੇ ਵਿੱਚ 53.09% ਪੋਲਿੰਗ ਹੋਈ ਹੈ। ਰਾਹੁਲ ਗਾਂਧੀ ਸਣੇ ਕਈ ਵੱਡੇ ਚਿਹਰਿਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 6 ਕੇਂਦਰੀ ਮੰਤਰੀਆਂ ਦੀ ਸਾਖ ਵੀ ਦਾਅ 'ਤੇ ਹੈ। ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਰਿਕਾਰਡ ਗਿਣਤੀ ਦੇ ਵਿੱਚ ਵੋਟਿੰਗ ਦੀ ਅਪੀਲ ਕੀਤੀ ਗਈ ਹੈ। ਯੂਪੀ ਅਤੇ ਮਹਾਰਾਸ਼ਟਰ ਦੀਆਂ 8-8 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਬਿਹਾਰ ਦੀਆਂ 5 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਕੇਰਲ ਦੀਆਂ ਸਾਰੀਆਂ 20 ਸੀਟਾਂ 'ਤੇ ਵੋਟਿੰਗ ਦਾ ਕੰਮ ਜਾਰੀ ਹੈ। ਕਰਨਾਟਕ ਦੀਆਂ 14 ਅਤੇ ਰਾਜਸਥਾਨ ਦੀਆਂ 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਐਮ ਪੀ ਦੀਆਂ 6, ਅਸਮ ਦੀਆਂ 5, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੀਆਂ 3-3 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਮਣੀਪੁਰ, ਤ੍ਰਿਪੁਰਾ ਅਤੇ ਜੰਮੂ ਕਸ਼ਮੀਰ ਦੀ 1-1 ਸੀਟ 'ਤੇ ਵੋਟਿੰਗ ਜਾਰੀ ਹੈ। ਤੁਹਾਨੂੰ ਵੱਖ ਵੱਖ ਜਗ੍ਹਾਵਾਂ ਦੀਆਂ ਪੋਲਿੰਗ ਬੂਥਾਂ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀ ਜਿਹੜੀ ਕਿ ਵੋਟਿੰਗ ਵੱਖ ਵੱਖ ਸੂਬਿਆਂ ਦੇ ਵਿੱਚ ਜਾਰੀ ਹੈ। ਕੁੱਲ 13 ਸੂਬਿਆਂ ਦੀਆਂ 88 ਸੀਟਾਂ 'ਤੇ ਜਿਹੜੀ ਕਿ ਵੋਟਾਂ ਪੈ ਰਹੀਆਂ ਨੇ। 1 ਵਜੇ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਜੋ ਵੱਖ ਵੱਖ ਸੂਬਿਆਂ ਦਾ ਹੁਣ ਤੱਕ ਦਾ 1 ਵਜੇ ਤੱਕ ਦਾ ਵੋਟ ਪਰਸੈਂਟੇਜ ਸਾਹਮਣੇ ਆਇਆ। 1 ਵਜੇ ਤੱਕ ਤ੍ਰਿਪੁਰਾ ਅਤੇ ਮਣੀਪੁਰ ਦੇ ਵਿੱਚ 54% ਤੋਂ ਵੱਧ ਵੋਟਿੰਗ ਹੋਈ ਹੈ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਘੱਟ 31.77% ਪੋਲਿੰਗ ਹੋਈ ਹੈ। ਅਤੇ ਵੱਡੇ ਜੇਕਰ ਦਿੱਗਜਾਂ ਦੀ ਗੱਲ ਕੀਤੀ ਜਾਵੇ ਤਾਂ ਵਾਇਨਾਡ ਤੋਂ, ਕੇਰਲ ਤੋਂ ਰਾਹੁਲ ਗਾਂਧੀ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ। ਦੂਜੇ ਗੇੜ ਦੀ ਵੋਟਿੰਗ ਦੇ ਵਿੱਚ ਜਿਹੜੇ ਵੱਡੇ ਦਿੱਗਜਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ ਰਾਹੁਲ ਗਾਂਧੀ ਵੀ ਉਹਨਾਂ ਦੇ ਵਿੱਚੋਂ ਇੱਕ ਨੇ, ਜਿਹੜੇ ਕਿ ਵਾਇਨਾਡ ਤੋਂ ਚੋਣ ਲੜ ਰਹੇ ਨੇ। ਉਹਨਾਂ ਦੀ ਕਿਸਮਤ ਦਾ ਫੈਸਲਾ ਅੱਜ ਵੋਟਰਾਂ ਦੇ ਵੱਲੋਂ ਦਰਅਸਲ ਕੀਤਾ ਜਾਵੇਗਾ, ਜਿੱਥੇ ਕਿ ਵੋਟਿੰਗ ਦਾ ਕੰਮ ਲਗਾਤਾਰ ਜਾਰੀ ਹੈ। ਸੋ ਉੱਤਰ ਪ੍ਰਦੇਸ਼ ਦੀ ਜੇਕਰ 1 ਵਜੇ ਤੱਕ ਦੇ ਵੋਟ ਪਰਸੈਂਟੇਜ ਦੀ ਗੱਲ ਕਰੀਏ ਤਾਂ 35.73%, ਰਾਜਸਥਾਨ ਦੇ ਵਿੱਚ 40.39% ਵੋਟਿੰਗ ਹੋਈ ਹੈ। ਬਿਹਾਰ ਦੇ ਵਿੱਚ 33.80%, ਜੰਮੂ ਕਸ਼ਮੀਰ ਦੇ ਵਿੱਚ 42.88% ਵੋਟਿੰਗ ਹੋਈ ਹੈ। 1 ਵਜੇ ਤੱਕ ਦਾ ਜਿਹੜਾ ਤੁਹਾਨੂੰ ਅਸੀਂ ਅੰਕੜਾ ਦੱਸ ਰਹੇ ਹਾਂ। ਰਾਜਨੰਦਗਾਓਂ ਦੀ ਗੱਲ ਕੀਤੀ ਜਾਵੇ ਤਾਂ ਛੱਤੀਸਗੜ੍ਹ ਤੋਂ ਭੁਪੇਸ਼ ਬਘੇਲ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ, ਦਿੱਗਜਾਂ ਦੇ ਵੀ ਅਸੀਂ ਤੁਹਾਨੂੰ ਵੱਖ ਵੱਖ ਜਾਣਕਾਰੀ ਦੇ ਰਹੇ ਹਾਂ। ਮਥੁਰਾ ਤੋਂ ਹੇਮਾ ਮਾਲਨੀ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ, ਬੀਜੇਪੀ ਦੇ ਉਮੀਦਵਾਰ ਨੇ, ਜਿਹੜੇ ਦਿੱਗਜਾਂ ਦੇ ਵੱਲੋਂ ਵੋਟ ਭੁਗਤਾਈਗੀ ਉਹ ਵੀ ਤੁਹਾਨੂੰ ਲਗਾਤਾਰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਅਤੇ ਨਾਲ ਹੀ 1 ਵਜੇ ਤੱਕ ਦਾ ਜਿਹੜਾ ਕਿ ਡਾਟਾ, ਜਿਹੜਾ ਅੰਕੜਾ ਸਾਹਮਣੇ ਆ ਵੱਖ ਵੱਖ ਸੂਬਿਆਂ ਤੋਂ ਕਿ 1 ਵਜੇ ਤੱਕ ਕਿੰਨੇ ਫੀਸਦ ਵੋਟਿੰਗ ਹੋਈ ਹੈ ਉਹ ਵੀ ਵਿਸਥਾਰ ਦੇ ਨਾਲ ਤੁਹਾਨੂੰ ਅਸੀਂ ਜਾਣਕਾਰੀ ਦੇ ਹਾਂ। ਜਿਵੇਂ ਕਿ ਉੱਤਰ ਪ੍ਰਦੇਸ਼ ਦੇ ਵਿੱਚ 35.73%, ਰਾਜਸਥਾਨ ਦੇ ਵਿੱਚ 40.39%, ਬਿਹਾਰ ਦੇ 33.80%, ਜੰਮੂ ਕਸ਼ਮੀਰ ਦੇ ਵਿੱਚ 42.88%, 1 ਵਜੇ ਤੱਕ ਵੋਟਿੰਗ ਹੋਈ ਹੈ। ਵੱਖ ਵੱਖ ਸੂਬਿਆਂ ਦਾ ਅਸੀਂ ਤੁਹਾਨੂੰ ਅੰਕੜਾ ਦੇ ਰਹੇ ਹਾਂ। ਅਤੇ ਨਾਲ ਜਿਹੜੇ ਦਿੱਗਜਾਂ ਦੀ ਕਿਸਮਤ ਦਾ ਅੱਜ ਫੈਸਲਾ ਹੋ ਰਿਹਾ, ਹਾਲਾਂਕਿ 4 ਜੂਨ ਨੂੰ ਜਿਹੜਾ ਇੱਕ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਉਸ ਦਿਨ ਇਹ ਸਾਫ਼ ਹੋ ਜਾਵੇਗਾ ਕਿ ਆਖਿਰਕਾਰ 24 ਦਾ ਚੈਂਪੀਅਨ ਕੌਣ ਬਣਦਾ ਹੈ। ਹਾਲਾਂਕਿ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੋਟਰ, ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਹੋਵੇਗਾ, ਕਿਉਂਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਿੰਗ ਹੋਵੇਗੀ, ਜਦੋਂ ਪੰਜਾਬ ਦੇ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇੱਕ ਇੱਕ ਕਰਕੇ ਤੁਹਾਨੂੰ ਵੱਡੇ ਚਿਹਰਿਆਂ ਤੋਂ ਵਾਕਫ ਕਰਵਾ ਰਹੇ ਹਾਂ ਜੋ ਦੂਜੇ ਗੇੜ ਦੀ ਵੋਟਿੰਗ ਦੇ ਵਿੱਚ ਜਿਹਨਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ।
ਭੁਪੇਸ਼ ਬਘੇਲ ਰਾਜਨੰਦ ਗਾਓਂ ਛੱਤੀਸਗੜ੍ਹ ਤੋਂ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ। ਇਸ ਤੋਂ ਇਲਾਵਾ ਵੱਖ ਵੱਖ ਚਿਹਰਿਆਂ ਤੋਂ ਅਸੀਂ ਤੁਹਾਨੂੰ ਵਾਕਫ ਕਰਵਾ ਰਹੇ ਹਾਂ, ਖਾਸ ਤੌਰ 'ਤੇ ਸਿਆਸੀ ਦਿੱਗਜਾਂ ਦੀ ਜੇਕਰ ਗੱਲ ਕੀਤੀ ਜਾਵੇ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੀ ਕਿਸਮਤ ਅੱਜ ਫੈਸਲਾ ਵੋਟਰਾਂ ਦੇ ਵੱਲੋਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਉੱਤਰ ਪ੍ਰਦੇਸ਼ ਦੇ ਮੇਰਠ ਲੋਕ ਸਭਾ ਹਲਕੇ ਤੋਂ ਅਰੁਣ ਗੋਵਿਲ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ, ਬੀਜੇਪੀ ਦੇ ਉਮੀਦਵਾਰ ਨੇ, ਉਹਨਾਂ ਦੇ ਮੁਕਾਬਲੇ ਸੁਨੀਤਾ ਵਰਮਾ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ। ਸੋ ਅਰੁਣ ਗੋਵਿਲ ਜਿਹੜੇ ਕਿ ਮੇਰਠ ਤੋਂ ਚੋਣ ਮੈਦਾਨ 'ਚ ਨੇ ਅਤੇ ਅੱਜ ਦੂਜੇ ਗੇੜ ਦੀ ਵੋਟਿੰਗ ਦੇ ਵਿੱਚ ਉਹਨਾਂ ਦੀ ਕਿਸਮਤ ਦਾ ਵੀ ਜੋ ਕਿ ਵੋਟਰਾਂ ਦੇ ਵੱਲੋਂ ਫੈਸਲਾ ਕੀਤਾ ਜਾ ਰਿਹਾ। ਇਸੇ ਤਰ੍ਹਾਂ ਜੋਧਪੁਰ ਤੋਂ ਰਾਜਸਥਾਨ ਦੇ ਜੋਧਪੁਰ ਲੋਕ ਸਭਾ ਹਲਕੇ ਦੀ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਜੋਧਪੁਰ ਤੋਂ ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਕਿ ਕੇਂਦਰੀ ਮੰਤਰੀ ਵੀ ਨੇ, ਰਾਜਸਥਾਨ ਦੇ ਜੋਧਪੁਰ ਤੋਂ ਚੋਣ ਮੈਦਾਨ ਦੇ ਵਿੱਚ ਨੇ। ਸਾ ਉਹਨਾਂ ਦੀ ਵੀ ਕਿਸਮਤ ਦਾ ਜਿਹੜਾ ਕਿ ਫੈਸਲਾ ਵੋਟਰਾਂ ਦੇ ਵੱਲੋਂ ਕੀਤਾ ਜਾ ਰਿਹਾ। ਜਿਵੇਂ ਕਿ ਅਸੀਂ ਤੁਹਾਨੂੰ 1 ਵਜੇ ਤੱਕ ਜਿਹੜੀ ਕਿ ਵੋਟ ਪਰਸੈਂਟੇਜ ਰਹੀ ਹੈ, ਵੋਟ ਫੀਸ ਦੋਸਤੋਂ ਵੀ ਤੁਹਾਨੂੰ ਹੇਠਾਂ ਗ੍ਰਾਫਿਕਸ ਦੇ ਜ਼ਰੀਏ ਵਾਕਫ ਕਰਵਾ ਰਹੇ ਹਾਂ, ਅਤੇ ਨਾਲੇ ਜਿਹੜੇ ਵੱਡੇ ਦਿੱਗਜ ਨੇ ਚੋਣ ਮੈਦਾਨ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਵੱਲੋਂ, ਉਹ ਵੀ ਇੱਕ ਇੱਕ ਕਰਕੇ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇ ਰਿਹਾ। ਤੇਜਸਵੀ ਸੂਰਿਆ ਜਿਹੜੇ ਕਿ ਬੈਂਗਲੁਰੂ ਦੱਖਣੀ ਤੋਂ ਕਰਨਾਟਕ ਤੋਂ ਚੋਣ ਮੈਦਾਨ ਦੇ ਵਿੱਚ ਨੇ, ਉਹਨਾਂ ਦੇ ਮੁਕਾਬਲੇ ਸੋਮਿਆ ਰੈਡੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ, ਉਹ ਆਪਣੀ ਕਿਸਮਤ ਅਜਮਾ ਰਹੇ ਨੇ। ਸੋ ਵੱਖ ਵੱਖ ਸੂਬਿਆਂ ਤੋਂ ਵੱਖ ਵੱਖ ਪਾਰਟੀਆਂ ਦੇ ਜਿਹੜੇ ਦਿੱਗਜ ਨੇ ਉਹਨਾਂ ਬਾਰੇ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇ ਰਹੇ, ਨਾਲੇ ਤਸਵੀਰਾਂ ਵਿਖਾ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਆਪਣੀ ਵੋਟ ਭੁਗਤਾਈ ਗਈ ਹੈ। ਮਾਂਡਿਆ ਤੋਂ ਕਰਨਾਟਕ ਤੋਂ HD ਕੁਮਾਰ ਸਵਾਮੀ ਜਿਹੜੇ ਕਿ ਆਪਣੀ ਕਿਸਮਤ ਅਜਮਾ ਰਹੇ ਨੇ, ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ। ਅਨਿਲ ਕੇ ਐਂਟਨੀ ਕੇਰਲ ਤੋਂ ਚੋਣ ਮੈਦਾਨ ਦੇ ਵਿੱਚ ਨੇ, BJP ਦੇ ਉਮੀਦਵਾਰ ਜੋ ਚੋਣ ਲੜ ਰਹੇ ਨੇ, ਉਹਨਾਂ ਦੀ ਵੀ ਕਿਸਮਤ ਅੱਜ ਵੋਟਰਾਂ ਦੇ ਵੱਲੋਂ ਫੈਸਲਾ ਕੀਤਾ ਜਾ ਰਿਹਾ। ਵੋਟਰ ਆਪਣੇ ਵੋਟ ਦੇ ਹੱਕ ਦਾ ਜਿਹੜਾ ਕਿ ਇਸਤੇਮਾਲ ਕਰ ਰਹੇ ਨੇ। HD ਕੁਮਾਰ ਸਵਾਮੀ ਮਾਂਡਿਆ ਕਰਨਾਟਕਾ ਤੋਂ ਚੋਣ ਮੈਦਾਨ ਦੇ ਵਿੱਚ ਨੇ। ਸੋ ਵੱਖ ਵੱਖ ਉਹ ਦਿੱਗਜ ਜਿਹੜੇ ਕਿ ਆਪਣੀ ਕਿਸਮਤ ਅਜਮਾ ਰਹੇ ਨੇ ਵੱਖ ਵੱਖ ਸੂਬਿਆਂ ਤੋਂ ਚੋਣ ਮੈਦਾਨ ਦੇ ਵਿੱਚ ਨੇ। ਓਮ ਬਿਰਲਾ ਰਾਜਸਥਾਨ ਦੇ ਕੋਟਾ ਤੋਂ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ, KC ਵੇਣੂ ਗੋਪਾਲ ਕੇਰਲ ਤੋਂ, ਅਲਾਪੂਜਾ ਤੋਂ ਜਿਹੜੇ ਕਿ ਚੋਣ ਲੜ ਰਹੇ ਨੇ, ਕਾਂਗਰਸ ਪਾਰਟੀ ਦੇ ਉਮੀਦਵਾਰ ਨੇ। ਇੱਕ ਇੱਕ ਕਰਕੇ ਤੁਹਾਨੂੰ ਸਾਰੇ ਦਿੱਗਜਾਂ ਬਾਰੇ ਜਾਣਕਾਰੀ ਦੇ ਰਿਹਾ। ਅਨਿਲ ਕੇ ਐਂਟਨੀ ਪਠਾਨਮਿਥਾ ਥਾ ਕੇਰਲ ਤੋਂ ਜਿਹੜੀ ਕਿ ਆਪਣੀ ਕਿਸਮਤ ਅਜਮਾ ਰਹੇ ਨੇ ਚੋਣ ਮੈਦਾਨ ਦੇ ਵਿੱਚ, ਉਹਨਾਂ ਦੀ ਵੀ ਕਿਸਮਤ ਅੱਜ ਵੋਟਰਾਂ ਦੇ ਵੱਲੋਂ ਫੈਸਲਾ ਕੀਤਾ ਜਾ ਰਿਹਾ, ਅਤੇ ਨਾਲ ਹੀ 1 ਵਜੇ ਤੱਕ ਜਿਹੜਾ ਕਿ ਵੋਟ ਫੀਸਦ ਰਿਹਾ, ਅਜੋ 1 ਵਜੇ ਤੱਕ ਵੋਟਿੰਗ ਹੋਈ ਹੈ, ਉਹ ਵੀ ਤੁਹਾਨੂੰ ਵੱਖ ਵੱਖ ਸੂਬਿਆਂ ਦੇ ਜਿਹੜੀ ਕਿ ਜਾਣਕਾਰੀ ਦੇ ਰਿਹਾ। ਕਿਉਂਕਿ 13 ਸੂਬਿਆਂ ਦੀਆਂ 88 ਸੀਟਾਂ 'ਤੇ ਜਿਹੜੀਆਂ ਕਿ ਵੋਟਾਂ ਪੈ ਰਹੀਆਂ ਨੇ, 1 ਵਜੇ ਤੱਕ ਜੇ ਗੱਲ ਕਰੀਏ ਤਾਂ ਜਿਵੇਂ ਤ੍ਰਿਪੁਰਾ ਅਤੇ ਮਣੀਪੁਰ ਦੇ ਵਿੱਚ 54% ਜਿਹੜੀ ਵੋਟਿੰਗ ਹੋਈ ਹੈ, ਮਹਾਰਾਸ਼ਟਰ ਦੇ ਵਿੱਚ ਸਭ ਤੋਂ ਘੱਟ ਜਿਹੜੀ ਵੋਟ ਪਰਸੈਂਟ ਰਹੀ ਹੈ। 1 ਵਜੇ ਤੱਕ ਦੀ ਜੇਕਰ ਗੱਲ ਕਰੀਏ ਤਾਂ 31.77% ਵੋਟਿੰਗ ਹੋਈ ਹੈ ਮਹਾਰਾਸ਼ਟਰ ਦੇ ਵਿੱਚ। UP ਦੇ ਵਿੱਚ 35.73% ਵੋਟਿੰਗ ਹੋਈ, ਛੱਤੀਸਗੜ੍ਹ ਦੇ ਵਿੱਚ 53.09% ਪੋਲਿੰਗ ਹੋਈ ਹੈ, ਅਤੇ ਰਾਹੁਲ ਗਾਂਧੀ ਸਣੇ ਕਈ ਵੱਡੇ ਚਿਹਰਿਆਂ ਦੀ ਕਿਸਮਤ ਦਾ ਇਸ ਦੂਜੇ ਗੇੜ ਦੇ ਵਿੱਚ ਫੈਸਲਾ ਹੋਵੇਗਾ। 6 ਕੇਂਦਰੀ ਮੰਤਰੀਆਂ ਦੀ ਸਾਖ ਵੀ ਜਿਹੜੀ ਉਹ ਦਾਅ 'ਤੇ ਹੈ। ਉਧਰ BJP ਦੇ ਵੱਲੋਂ ਕਾਂਗਰਸ 'ਤੇ ਵੱਡਾ ਹਮਲਾ ਬੋਲਿਆ ਗਿਆ। BJP ਨੇ ਫਿਰ ਜਾਰੀ ਕੀਤਾ ਸਾਬਕਾ PM ਮਨਮੋਹਨ ਸਿੰਘ ਦਾ ਪੁਰਾਣਾ ਵੀਡੀਓ। ਮਨਮੋਹਨ ਸਿੰਘ ਨੇ ਕੀਤੀ ਸੀ ਮੁਸਲਮਾਨਾਂ ਨੂੰ ਹੱਕ ਦੇਣ ਦੀ ਗੱਲ, ਜੋ BJP ਦੇ ਵੱਲੋਂ ਇਹ ਵੱਡਾ ਨਿਸ਼ਾਨਾ ਸਾਧਿਆ ਜਾ ਰਿਹਾ। ਕਾਂਗਰਸ ਦਾ ਹਿਡਨ ਏਜੰਡਾ ਸਾਹਮਣੇ ਆ ਗਿਆ। BJP ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਵੀ ਕਿਹਾ ਕਿ ਕਾਂਗਰਸ ਦਾ ਹਿਡਨ ਏਜੰਡਾ ਸਾਹਮਣੇ ਆ ਗਿਆ। SC, ST ਅਤੇ OBC ਦਾ ਹੱਕ ਹੋਣਾ ਚਾਹੁੰਦੀ ਹੈ ਕਾਂਗਰਸ, ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ ਕਾਂਗਰਸ। BJP ਦੇ ਵੱਲੋਂ ਕਾਂਗਰਸ 'ਤੇ ਵੱਡਾ ਹਮਲਾ ਬੋਲਿਆ ਗਿਆ। ਕਾਂਗਰਸ ਕਹਿੰਦੀ ਹੈ ਦੇਸ਼ ਦੇ ਸੰਸਾਧਨਾਂ ਦੇ ਵਿੱਚ
ਪਹਿਲਾਂ ਹੱਕ ਮੁਸਲਮਾਨਾਂ ਦਾ ਜੋ ਬੀਜੇਪੀ ਦੇ ਵੱਲੋਂ ਕਾਂਗਰਸ ਪਾਰਟੀ ਦੇ ਸਿੱਧੇ ਤੌਰ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਬੀਜੇਪੀ ਨੇ ਫਿਰ ਜਿਹੜਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪੁਰਾਣਾ ਵੀਡੀਓ ਜਾਰੀ ਕੀਤਾ। ਮਨਮੋਹਨ ਸਿੰਘ ਨੇ ਕੀਤੀ ਸੀ ਮੁਸਲਮਾਨਾਂ ਨੂੰ ਹੱਕ ਦੇਣ ਦੀ ਗੱਲ, ਜੋ ਬੀਜੇਪੀ ਦੇ ਵੱਲੋਂ ਸਿੱਧੇ ਤੌਰ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਬੀਜੇਪੀ ਨੇ ਕਾਂਗਰਸ 'ਤੇ ਵੀ ਵੱਡਾ ਹਮਲਾ ਬੋਲਿਆ ਕਿ ਕਾਂਗਰਸ ਦਾ ਹਿਡਨ ਏਜੰਡਾ ਸਾਹਮਣੇ ਆ ਗਿਆ। Not say the same thing. I said minorities, particularly the Muslim minorities, if they are poor, they have prior claim on the resources of the country. I used the word all for all minorities, and I added for mayor, particularly Muslim minorities, if they are poor, they have a prior right on the resources of the country. I stand by that. आईएस और इंडी गठबंधन का हिडन एजेंडा, छुपा हुआ एजेंडा है कि एससी, एसटी और ओबीसी का हक छीन कर मुस्लिमों को देना। कांग्रेस कहती है कि देश के संसाधनों पर पहला हक मुसलमानों का है, जबकि प्रधानमंत्री श्री नरेंद्र मोदी जी कहते हैं कि देश के संसाधनों पर पहला हक गरीबों का है। दिसंबर 2006 को नेशनल डेवलपमेंट काउंसिल को संबोधित करते हुए प्रधानमंत्री मनमोहन सिंह ने कहा था, और मैं याद दिलाना चाहता हूं कि वी विल हैव टू डिवाइस इनोवेटिव प्लान्स टू इंश्योर दैट माइनॉरिटीज, पर्टिकुलरली द मुस्लिम माइनॉरिटी, आर एम्पावर्ड टू शेयर इक्विटेबली इन द फ्रूट्स ऑफ डेवलपमेंट। दे मस्ट हैव द फर्स्ट क्लेम ऑन रिसोर्सेज। मनमोहन सिंह जी ने यह बयान गलती से नहीं दिया था, बल्कि जानबूझकर दिया था, क्योंकि अप्रैल 2009 में फिर से मनमोहन सिंह ने मुंबई में प्रेस कॉन्फ्रेंस के दौरान एक प्रश्न के जवाब देते हुए फिर अपने बयान को सही ठहराया और कहा कि माइनॉरिटीज का खासकर मुस्लिमों को प्रायोरिटी मिलनी चाहिए और उनको संसाधनों, देश के संसाधनों पर पहला हक होना चाहिए। ਉਦੋਂ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਦਿੱਲੀ ਦੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਵਰਗੀਆਂ ਨੇ, ਇਹ ਲੁੱਟ ਕੇ ਫਰਾਰ ਹੋ ਜਾਣਗੇ। ਨੈਸ਼ਨਲ ਪਾਰਟੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਹਮਲਾ ਬੋਲਿਆ ਗਿਆ ਵਿਰੋਧੀ ਧਿਰਾਂ 'ਤੇ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਇਕੱਠੇ ਚੋਣਾਂ ਲੜਨ 'ਤੇ ਵੀ ਨਿਸ਼ਾਨਾ ਸਾਧਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ। ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੀਆਂ ਪਾਰਟੀਆਂ ਨੂੰ ਈਸਟ ਇੰਡੀਆ ਕੰਪਨੀ ਵਰਗੀਆਂ ਦੱਸਿਆ, ਇਹ ਲੁੱਟ ਕੇ ਫਰਾਰ ਹੋ ਜਾਣਗੇ। ਸੁਖਬੀਰ ਸਿੰਘ ਬਾਦਲ ਦੇ ਲਈ ਵੱਡਾ ਹਮਲਾ ਬੋਲਿਆ ਗਿਆ। ਉਹਨਾਂ ਨੇ ਕਿਹਾ ਕਿ ਨੈਸ਼ਨਲ ਪਾਰਟੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਹੈ। ਜਿਹੜੀਆਂ ਬਠਿੰਡੇ ਦੀਆਂ ਐਸੋਸੀਏਸ਼ਨਸ ਹੈਗੀਆਂ, ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ, ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ। ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ, ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ, ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ। ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ, ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਜਾਂ ਇੱਥੇ ਡਿਵੈਲਪਮੈਂਟ ਦਾ ਨਹੀਂ। ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਇੱਥੇ ਕੱਲੀ ਲੁੱਟਣ ਆਉਂਦੀਆਂ, ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ।
ਤੋਂ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਹੈ। ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਕਾਂਗਰਸ ਦੇ ਝਾੜੂ ਵਾਲੇ ਤਾਂ ਇਕੱਠੇ ਹੈ, ਇੱਥੇ ਡਰਾਮਾ ਕਰੀ ਜਾਂਦੇ ਆ, ਪੂਰੇ ਦੇਸ਼ 'ਚ ਇਕੱਠੇ ਹੈ। ਸੋ ਜਿਹੜੇ ਪੂਰੇ ਦੇਸ਼ 'ਚ ਇਕੱਠੇ ਹੈ ਅਤੇ ਇੱਥੇ ਇਕੱਠੇ ਕਿਉਂ ਨਹੀਂ, ਆਹ ਵੀ ਇੱਕ ਉਹਨਾਂ ਦੀ ਸਟ੍ਰੈਟਜੀ ਨਾਲ ਹੈ ਆਪਣੀ ਐਂਟੀ ਇਨਕੰਬੈਂਸੀ ਵੋਟ ਨੂੰ ਖਤਮ ਨਾ ਹੋਏ ਅਤੇ ਐਡਜਸਟ ਕਰਨ ਵਾਸਤੇ। ਰੁੱਖ ਕਰਾਂਗੇ ਅਗਲੀ ਖਬਰ ਦਾ। ਤੀ ਨਿਆਮਤ ਦੇ ਜਨਮ ਦਿਨ ਤੋਂ ਬਾਅਦ ਪਹਿਲੀ ਵਾਰ ਗੁਰੂ ਨਗਰੀ ਪਹੁੰਚੇ ਮੁੱਖ ਮੰਤਰੀ ਮਾਨ, ਪੂਰੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਦਰਬਾਰ ਸਾਹਿਬ ਤੋਂ ਬਾਅਦ ਦੁਰਗਿਆਣਾ ਮੰਦਿਰ ਵੀ ਉਹਨਾਂ ਨੇ ਸੀਸ ਨਵਾਇਆ, ਰਾਮ ਤੀਰਥ ਮੰਦਿਰ ਦੇ ਵਿੱਚ ਹੀ ਮੱਥਾ ਟੇਕਿਆ। ਨਿਆਮਤ ਨੂੰ ਮੱਥਾ ਟਿਕਾਉਣ ਪਹੁੰਚੇ ਹਾਂ ਮੁੱਖ ਮੰਤਰੀ ਮਾਨ ਤੋਂ ਇਸ ਤਰ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਨਿਆਮਤ ਨੂੰ ਮੱਥਾ ਟਿਕਾਉਣ ਦੇ ਲਈ ਪਹੁੰਚੇ ਹਾਂ, ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪਹੁੰਚੇ ਹਾਂ। ਤੁਹਾਨੂੰ ਤਿੰਨ ਤਸਵੀਰਾਂ ਵਿਖਾ ਰਹੇ ਹਾਂ, ਸ੍ਰੀ ਦਰਬਾਰ ਸਾਹਿਬ ਦੀਆਂ, ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਮੰਦਿਰ ਦੀਆਂ। ਅੱਜ ਖਾਸ ਤੌਰ 'ਤੇ ਮੁੱਖ ਮੰਤਰੀ ਮਾਨ ਪੂਰੇ ਪਰਿਵਾਰ ਸਣੇ ਗੁਰੂ ਦੀ ਨਗਰੀ ਅੰਮ੍ਰਿਤਸਰ ਪਹੁੰਚੇ ਜਿੱਥੇ ਕਿ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਉੱਥੇ ਹੀ ਦੁਰਗਿਆਣਾ ਮੰਦਿਰ, ਇਸ ਤੋਂ ਇਲਾਵਾ ਰਾਮ ਤੀਰਥ ਮੰਦਿਰ ਦੇ ਵਿੱਚ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਪਰਿਵਾਰ ਸਣੇ ਮੱਥਾ ਟੇਕਿਆ ਗਿਆ। ਦਰਅਸਲ ਪਿਛਲੇ ਦਿਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਘਰ ਬੇਟੀ ਨਿਆਮਤ ਕੌਰ ਨੇ ਜਨਮ ਲਿਆ, ਜਿਸਦਾ ਕਿ ਨਾਮ ਨਿਆਮਤ ਕੌਰ ਮਾਨ ਰੱਖਿਆ ਗਿਆ। ਅਤੇ ਉਸਦੇ ਬਾਅਦ ਮੁੱਖ ਮੰਤਰੀ ਮਾਨ ਆਪਣੇ ਪਰਿਵਾਰ ਸਣੇ ਗੁਰੂ ਦੀ ਨਗਰੀ ਅੰਮ੍ਰਿਤਸਰ ਪਹੁੰਚੇ, ਅਤੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਮੰਦਿਰ ਪਹੁੰਚ ਕੇ ਮੱਥਾ ਟੇਕਿਆ ਗਿਆ। ਅੱਜ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਇਆਂ। ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ 'ਚ ਨਿਆਮਤ ਬਖਸ਼ੀ। ਨਿਆਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼। ਸੋ ਅੱਜ ਨਿਆਮਤ ਵੀ ਪਹਿਲੀ ਵਾਰ ਬਾਹਰ ਆਈ ਹੈ ਘਰੋਂ, ਮੱਥਾ ਟੇਕਣ ਆਇਆ, ਆਸ਼ੀਰਵਾਦ ਲੈਣ ਆਇਆ। ਬੱਚੇ ਦੀ ਤੰਦਰੁਸਤੀ ਵੀ ਅਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ, ਤੰਦਰੁਸਤੀਆਂ ਅਤੇ ਤਰੱਕੀਆਂ ਆਉਣ, ਇਹੀ ਅਰਦਾਸ ਕੀਤੀ ਹੈ। ਸੋ ਇਹ ਜਗ੍ਹਾ ਹੀ ਐਸੀ ਹੈ ਕਿ ਇੱਥੇ ਆ ਕੇ ਸਕੂਨ ਮਿਲਦਾ ਹੈ। ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇੱਛਾਵਾਂ ਜਾਂ ਕੋਈ ਉਹ ਸਭ ਭੁੱਲ ਜਾਂਦੀਆਂ ਨੇ। ਇੱਥੇ ਰਸ ਭਿੰਨਾ ਕੀਰਤਨ ਸੁਣ ਕੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਨਾ ਹੈ ਕਿ ਪਰਮਾਤਮਾ ਸਮਰੱਥ ਬਖਸ਼ੇ, ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਨੂੰ ਨਿਭਾਉਣ ਦਾ ਬਲ ਬਖਸ਼ੇ, ਔਰ ਜਿੰਨੀ ਕੁ ਇੱਜ਼ਤ ਪਰਮਾਤਮਾ ਨੇ ਬਖਸ਼ੀ ਹੋਈ ਹੈ ਉਨੀ ਕੁ ਕਾਇਮ ਰਹੇ, ਔਰ ਸਾਡੇ ਕੋਈ ਸਾਡੇ ਕੋਲੋਂ ਜਾਣੇ ਅਣਜਾਣੇ 'ਚ ਕੋਈ ਇਹੋ ਜਿਹੀ ਭੁੱਲ ਨਾ ਹੋ ਜਾਵੇ ਜਿਹਦੇ ਨਾਲ ਕਿਸੇ ਇੱਕ ਵੀ ਘਰ ਦਾ ਜਿਹੜਾ ਚੁੱਲ੍ਹਾ ਉਹਦੀ ਅੱਗ ਬੁਝੇ। ਸੋ ਲੱਗੇ ਹੋਏ ਹਾਂ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ, ਕੋਈ ਅਲਾਮਤਾਂ ਨੇ ਜਿਹੜੀਆਂ ਉਹ ਸਭ ਦੂਰ ਹੋ ਜਾਣਗੀਆਂ। ਥੋੜ੍ਹਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ, ਲੋਕਾਂ ਦਾ ਸਾਥ ਮਿਲ ਰਿਹਾ ਅਤੇ ਬਹੁਤ ਵੱਡੇ ਲੈਵਲ 'ਤੇ, ਬਹੁਤ ਵੱਡੇ ਪੱਧਰ 'ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ। ਆਉਣ ਵਾਲੇ ਦਿਨਾਂ 'ਚ ਕੁਛ ਰੰਗ ਤਾਂ ਦਿਖਾਈ ਦੇਣ ਲੱਗ ਗਏ, ਰੰਗਲੇ ਪੰਜਾਬ ਦੇ ਕੁਛ ਰੰਗ ਆਉਣ ਵਾਲੇ ਦਿਨਾਂ 'ਚ ਦਿਖਾਈ ਦੇਣ ਲੱਗ ਜਾਣਗੇ। ਸੋ ਚੋਣ ਪ੍ਰਚਾਰ ਦੀ ਸ਼ੁਰੂਆਤ ਤੋਂ ਪਹਿਲਾਂ ਗੁਰੂ ਦੇ ਦਰ 'ਤੇ ਪਹੁੰਚੇ ਨੇ ਹਰਸਿਮਰਤ ਕੌਰ ਬਾਦਲ। ਹਰਸਿਮਰਤ ਕੌਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਕੱਲ੍ਹ ਤੋਂ ਮੈਂ ਚੋਣ ਪ੍ਰਚਾਰ ਸ਼ੁਰੂ ਕਰਾਂਗੀ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕੱਲ੍ਹ ਤੋਂ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ। ਵਾਹਿਗੁਰੂ ਦਾ ਆਸ਼ੀਰਵਾਦ ਲੈਣ ਸ੍ਰੀ ਦਰਬਾਰ ਸਾਹਿਬ ਪਹੁੰਚੀ ਹਾਂ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਜੋ ਮੱਥਾ ਟੇਕਣ ਤੋਂ ਬਾਅਦ 'ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਵਾਹਿਗੁਰੂ ਦੇ ਆਸ਼ੀਰਵਾਦ ਦੇ ਨਾਲ ਹੀ ਆਰੰਭ ਕਰਾਂਗੀ ਪ੍ਰਚਾਰ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਵਾਹਿਗੁਰੂ ਦੇ ਆਸ਼ੀਰਵਾਦ ਦੇ ਨਾਲ ਹੀ ਜਿਹੜਾ ਕਿ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਾਵੇਗੀ। ਇੱਕ ਵਾਰ ਫਿਰ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ
ਚੌਥੀ ਵਾਰ ਜਿਹੜਾ ਕਿ ਬਠਿੰਡਾ ਦੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਬਠਿੰਡਾ ਤੋਂ ਲਗਾਤਾਰ 3 ਵਾਰ ਦੇ MP ਨੇ ਚੌਥੀ ਵਾਰ ਆਪਣੀ ਕਿਸਮਤ ਅਜਮਾ ਰਹੇ ਨੇ ਅਤੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਜਿਸ ਨੂੰ ਰਾਮਦਾਸ ਪਾਤਸ਼ਾਹ ਜੀ ਨੇ ਸਦਾ ਹੀ ਰਹਿਮਤਾਂ ਕਰਕੇ ਨਿਵਾਜਿਆ ਹੈ, ਗਰੀਬ ਦੀ ਲਾਜ ਰੱਖੀ ਹੈ। ਅੱਜ ਟਿਕਟ ਮਿਲਣ ਤੋਂ ਬਾਅਦ ਇੱਕ ਵਾਰ ਫਿਰ ਅੱਗੇ ਨਤਮਸਤਕ ਹੋ ਕੇ ਗੁਰੂ ਦਾ ਓਟ ਅਸਰਾ ਲੈ ਕੇ ਅਰਦਾਸਾਂ ਬੇਨਤੀਆਂ ਕਰਕੇ ਅੱਜ ਚੋਣ ਪ੍ਰਚਾਰ ਕੱਲ ਤੋਂ ਮੈਂ ਸ਼ੁਰੂ ਕਰਾਂਗੀ। ਇਸ ਆਸ ਦੇ ਨਾਲ ਕਿ ਇਸ ਮੰਗਤੇ ਦੀ ਚੋਲੀ ਵਿੱਚ ਗੁਰੂ ਸਾਹਿਬ ਖੈਰ ਪਾਣਗੇ, ਸਫਲਤਾ ਬਖਸ਼ਣਗੇ ਤੇ ਇਸ ਸੂਬੇ ਦੀ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੈਨੂੰ ਮਾਣ ਬਖਸ਼ੇ। ਮੈਡਮ ਪਰ ਆਪਕੋ